ਕਵੀ ਜੀ ਸਾਰੇ ਮੇਰਾ ਨਾਮ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅਤੇ ਦੇਖੋ ਜੱਗੀ ਬਾਈ ਕੋਲ ਪਹੁੰਚ ਚੁੱਕੇ ਆਪਾਂ ਅੱਠਵੀਂ ਬਾਈ ਕੋਲ ਕੁਛ 6-7 ਇਲਾਵਾ ਝੋਟੀਆਂ ਨਾਲ ਇੱਕ ਬੋਰੀ ਵੀ ਆ ਚੰਗੀਆਂ ਝੋਟੀਆਂ ਲੈ ਕੇ ਨੇ ਬਾਈ ਉਹਨਾਂ ਨੇ 15-16 ਝੋਟੀਆਂ ਅਤੇ ਬਾਕੀ ਆਪਾਂ ਬਾਈ ਜੋੜੇ ਗੱਲਬਾਤ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੱਗੀ ਜੀ ਬਹੁਤ ਵਧੀਆ ਭਾਈ ਠੀਕ ਠਾਕ ਮਹਾਰਾਜ ਦੀ ਕਿਰਪਾ ਭਾਜੀ ਕੋਲ ਸੰਦੀਪ ਡੇਅਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਹੀ ਪਿਆਰ ਦਿੰਦੇ ਆ ਆਈ ਵਾਰ ਹੀ ਆਪਾਂ ਨੇ ਬਹੁਤ ਜ਼ਿਆਦਾ ਮਤਲਬ ਕਿ ਚਲੋ ਵੀਡੀਓ ਵੀ ਵੇਖਦੇ ਆ ਲੋਕ ਪਿਆਰ ਵੀ ਕਰਦੇ ਆ ਤੇ ਮਾਲ ਵੀ ਵੇਖਦਾ ਬਿਲਕੁਲ ਬਿਲਕੁਲ ਤੇ ਅਜੇ ਤੱਕ ਭਾਜੀ ਫੋਨ ਆਉਣ ਡਿਆ ਆ ਮਤਲਬ ਕਿ ਜਿਹੜੇ ਆਪਾਂ ਪਈਆਂ ਨੀਲੀ ਦੀ ਝੋਟੀ ਦਾ ਇੰਨਾ ਜ਼ਿਆਦਾ ਫੋਨ ਆਇਆ ਨਾ ਰਿਕਾਰਡ ਹੀ ਟੁੱਟ ਗਿਆ ਅੱਛਾ ਇੰਸਟਾਗ੍ਰਾਮ ਤੋਂ ਅੱਡ ਆਈ ਜਾਂਦੇ ਯੂਟਿਊਬ ਤੋਂ ਅੱਡ ਆਈ ਜਾਂਦੇ ਬਹੁਤ ਜ਼ਿਆਦਾ ਮਤਲਬ ਕਿ ਫੋਨ ਆਇਆ ਵਾ ਤੇ ਚਲੋ ਮਾਲ ਦੁੱਧ ਨਹੀਂ ਖਰਾ ਵੇਖ ਗਿਆ ਸੀ ਤੇ ਮਹਾਰਾਜ ਦੀ ਕਿਰਪਾ ਵਾ ਫੇਰ ਮੱਝਾਂ ਲਿਆਂਦੀਆਂ ਝੋਟੀਆਂ ਉਹਦੇ ਤਾਂ ਆਖਿਆ ਨਹੀਂ ਆਪਾਂ ਵੀਡੀਓ ਦੇ ਵਿੱਚ ਕਿ ਝੋਟੀਆਂ ਲਈਆਂ ਵੱਡੀਆਂ ਹੋਰ ਹਾਂਜੀ ਉਹ ਮੁੜ ਕੇ ਵੀਰ ਭਰਾ ਇਦਾਂ ਹੀ ਫੋਨ ਕਰੀ ਜਾਣ ਭਾਜੀ ਉਹਨਾਂ ਦੀ ਵੀਡੀਓ ਪਾਓ 4 ਝੋਟੀਆਂ ਉਦਾਂ ਹੀ ਵੇਖੀਆਂ ਬਾਦਾਂ ਚੰਗੀਆਂ ਵੱਡੀਆਂ ਹਾਂਜੀ ਵੀ ਕੀ ਆ ਮਾਲ ਹਾਂਜੀ ਮਾਲ ਮਤਲਬ ਕਿ ਉਦਾਂ ਕਾਫੀ ਫਿਰ ਚੰਗੀਆਂ ਝੋਟੀਆਂ ਫੇਰ ਲਿਆਂਦੀਆਂ ਤੇ ਸਪੈਸ਼ਲ ਇੱਕ ਪੀਸ ਫੇਰ ਵੀਰ ਨੇ ਵੇਲੋ ਇੰਨਾ ਪਿਆਰ ਕਰਦੇ ਆ ਕਿ ਚੇਚਾ ਫੋਨ ਕੀਤਾ ਵਾ ਕਿ ਭਾਜੀ ਜੱਗੀ ਤੁਸੀਂ ਵੀਡੀਓ ਦੇ ਵਿੱਚ ਤੁਹਾਡੀ ਆਈ ਵੀਡੀਓ ਵੇਖਨੇ ਆ ਕਦੀ ਤੁਹਾਡੀ ਬੂਰੀ ਹੁੰਦੀ ਆ ਕਦੀ ਨੀਲੀ ਹੁੰਦੀ ਆ ਰੋਜ਼ ਤੇ ਕਦੀ ਤੁਹਾਡੇ ਮੀਣੀ ਹੁੰਦੀ ਆ ਤੇ ਇੱਕ ਪੀਸ ਲਿਆਦਾ ਤੁਹਾਡੇ ਲਈ ਵੀਡੀਓ ਚ ਪਾਉਣ ਲਈ ਤੇ ਮੈਂ ਕਿਹਾ ਭਰਾ ਮੈਂ ਵੇਖੀ ਵੀ ਨਹੀਂ ਜੇ ਇਦਾਂ ਹੀ ਲੱਦ ਕੇ ਭੇਜਦੀ ਆ ਤੇ ਪੈਸੇ ਭੇਜਦੇ ਆਪਾਂ ਬਹੁਤ ਚੰਗਾ ਪੀਸ ਆ ਨਹੀਂ ਨਹੀਂ ਇਧਰੋਂ ਆਪਣੇ ਏਰੀਏ ਚੋਂ ਆ ਹਾਂਜੀ ਆ ਤਿੰਨ ਕਾ ਇਧਰੋਂ ਆਪਣੇ ਏਰੀਏ ਦੀਆਂ ਆ ਝੋਟੀਆਂ ਉਧਰ ਦੀਆਂ ਵਾ ਚਲੋ ਹਾਂਜੀ ਮਨੇ ਹੈਗੇ 7 ਕ ਪੀਸ ਹੈਗੇ 7 ਪੈ 9 ਆ 2 ਸੂਈਆਂ ਝੋਟੀਆਂ ਪਰ ਨਾ ਦੁੱਧ ਦਾ ਨਹੀਂ ਸਰਦਾ ਕਿ ਯਾਰ ਮਾਲ ਸਾਰਾ ਵਿਕ ਗਿਆ ਨਾ ਠੀਕ ਆ ਤੇ ਫਿਰ ਦੁੱਧ ਦਾ ਦੋਵਾਂ ਘਰਾਂ ਚ ਲੱਗਾ ਵਾ ਪੂਰੀ ਖੋਲੋ ਕਰਾ ਤੇ ਮੈਂ ਕਿ ਸੂਈਆਂ ਨਾ ਕੱਪੜ 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 ਹੁਣ ਪਹਿਲਾ ਸੂਆ ਵਾਹ ਤੇ ਅਸਲ ਨੀਲੀ ਤੇ ਬਿਊਰੀ ਵੇਖੋ 4 ਦੰਦ ਦਾ ਭਾਜੀ ਮੈਂ ਕਿ ਡਾਇਮੰਡ ਪੀਸ ਆ ਇਹ ਵਾਕਿਆ ਸਹੀ ਗੱਲ ਪਹਿਲਾ ਸੂਆ ਮੈਂ ਕਿ ਸਪੈਸ਼ਲ ਬੰਦੇ ਨੇ ਦਿੱਤਾ ਵਾ ਫੋਨ ਕਰਕੇ ਕਿ ਭਾਜੀ ਮਰ ਕੇ ਕੱਟੀ ਵੇਖੋ ਕੀ ਚੀਜ਼ ਆ ਚਾਰ ਤਾਂ ਗਿਆ ਭਾਜੀ ਪਿਓਰ ਹਾਂਜੀ ਵੇਖੋ ਟੂਆ ਪੈਂਦਾ ਜੇ ਮਰ ਕੇ ਵੇਲੋ ਕਿੱਡਾ ਡੂੰ ਪੈਂਦਾ ਮੱਥੇ ਦੇ ਵਿੱਚ ਪਿਓਰ ਚੌਗੀ ਆ ਪਿਓਰ ਚਾਰ ਦਮ ਵੇਖੋ ਪਹਿਲਾ ਸੂਆ ਯਾਰ ਬੂਰੀ ਲੜੇ ਉਹ ਵੀ ਨੀਲੀ ਵਿੱਚ ਪਿਓਰ ਨੀਲੀ ਆ ਭਾਜੀ ਵੇਖ ਲੋ ਪੂਰੀਆਂ ਨਿਸ਼ਾਨ ਲੈ ਠੀਕ ਹੈ ਅੱਖਾਂ ਬਿੱਲੀਆਂ ਸਾਰੇ ਲੈ ਜਾਣਾ ਭਾਜੀ ਜਿੱਦਾਂ ਬਲੈਕ ਲਗਾਣੀ ਹੁੰਦੀ ਉਦਾਂ ਢਿੱਲਾਵਾਂ ਚੱਡੇ ਦੇ ਵਿੱਚ ਹਾਰੀ ਸਾਰੀ ਮੱਝਾਂ ਦੀ ਨਾ ਮਤਲਬ ਕਿ ਏਦਾਂ ਹੁੰਦਾ ਨਹੀਂ ਇੱਧਰ ਇਹੋ ਪਿਓਰ ਚੌਗੀ ਆ ਹਾਂਜੀ ਤੇ ਬਾਕੀ ਠੰਡੀ ਤੇਰੀ ਬੜੀ ਆ ਕਟੀ ਬਹੁਤ ਜ਼ਿਆਦਾ ਢਿੱਲਾ ਢਿੱਲਾ ਬਹੁਤ ਜ਼ਿਆਦਾ ਅਜੇ ਨਾ ਕਟੀ ਨੇ ਬਣਨਾ ਵਾ ਵੇਖੋ ਇਹ ਦੋਵੇਂ ਪਾਸੇ ਡੱਬ ਆ ਚੰਗੀ ਚੌਗੀ ਆ ਮੈਂ ਵੀ ਵਾਲੇ ਟਾਈਮ ਜਿਦਾਂ ਮਰਜੀ ਥਣ ਥੁਣ ਬੜਾ ਥੋੜੀਆਂ ਭਰਾ ਭੁਰਾ ਕਰਦੀ ਆ ਵਾਲੀ ਬੁਰੀ ਆ ਕੱਟੀ ਤੇ ਭਾਜੀ ਜੇ ਹਿਸਾਬ ਨਾਲ ਮਤਲਬ ਹੈ ਸਪੈਸ਼ਲ ਬੀਜ ਆ ਭਾਵੇਂ 1.5 ਲੱਖ ਦੀ ਵੀ ਆ ਪਰ ਮੁੱਲ ਆਪਣੇ ਬਿਲਕੁਲ ਜਾਇਜ਼ ਆ ਤੇ ਬਸ ਜਿਹੜੀਆਂ ਪਹਿਲੇ ਫੋਨਾਂ ਤੇ ਉੜਦੇ ਆ ਯਾਰ ਕੋਈ 1-10 ਨੀ 1-5 ਨੀ ਲੱਖ ਨੀ 95,000 ਦੀ ਲਗੀਨਾ ਪੀਸ ਆ ਭਾਜੀ ਨੇ ਜਿਹੜਾ ਘਰ ਦੇ ਵਿੱਚ ਖੜੂਗਾ ਨਾ ਤੇ ਲੋਕ ਵੇਖਣਗੇ ਕਟੀ ਕਿੱਥੋਂ ਆਈ ਇਹ ਵੀ ਕਪੜਾ ਇਹ ਕਪੜਾ ਵਿੱਚ 3 ਕਪੜਾ ਬਸ ਇਧਰੋਂ ਲਈਆਂ ਮਈਆਂ 2 ਕਾ ਵਿੱਚ ਦੇਖੋ ਇਹ ਵੀ ਦੇਖੋ ਇਹ ਬੜੇ ਭਾਗ ਲੱਗੇ ਆ ਮੈਂ ਇਹਨੂੰ ਬੜਾ ਆਂਦੇ ਬੰਦੇ ਆਂਦੇ ਲੰਮੇ ਪੈ ਕੇ ਸੁਣਦੀ ਆ ਅੱਛਾ ਇੰਨੀ ਬਣਦੀ ਆ ਜਿਹੜੇ ਦਾ ਰੌਣ ਲੈਵੇ ਬੜਾ ਕੋਈ ਹੋ ਵੀ ਸਕਦਾ ਦੇਖੋ ਗੱਲ ਆ ਉਹ ਨਹੀਂ ਸੱਚੀ ਗੱਲ ਆ ਅਸੀਂ ਤਾਂ ਸਭ ਹੱਸਦੇ ਆ ਪਰ ਬੰਦੇ ਆਂਦੇ ਕਿ ਭਾਜੀ ਇਹ ਲੰਮੇ ਪੈ ਗਿਆ ਅਸੀਂ ਗਾੜੀ ਕਿਨਾ ਚੱਡਾ ਉਹਨਾਂ ਹੀ ਗਾੜੀ ਲਾਈ ਫਿਰਦੀ ਤੋਂ ਉਹਨਾਂ ਦੇ ਪਿੱਛੇ ਲੈ ਜਖਾਰ ਕਰ ਸ਼ੰਭੂ ਤੇ ਕੀ ਦਾ ਬਾ ਵੀ ਮੁਕਤਾ ਲਈ ਆ ਮੋਤੀ ਭਾ ਬਿਲਕੁਲ ਟੋਕਣਾ ਮੋਨੇ ਭਰੇ ਆ ਜਾਣਦੇ ਬਹੁਤ ਬਣਦੀ ਹੈ ਜੇ 2-4 ਦਿਨ ਭਾਜੀ ਸੁਣਦੀ ਨਹੀਂ ਆ ਹਾਂਜੀ ਬਾਕੀ ਸੂ ਵੀ ਪਵੇ ਤੇ ਸਗੋ ਚੰਗਾ ਮੈਦਾ ਨਾ ਪਰ ਵੇਖੋ ਇਹਦਾ ਚੱਡਾ ਗਾੜੀ ਪਿੱਛੇ ਥਾਣ ਵੇਖੋ ਲੱਗਾ ਕੱਲਾ ਕੱਲਾ ਥਾਣ ਲੱਗਾ ਕਿ ਨਹੀਂ ਕਰਦਾ ਚੱਡਣ ਤੋਂ ਬਾਅਦ ਰੇੜ ਵੇਖੀ ਜਾ ਲੋਣ ਕਰਾਂ ਦੀ ਰੇੜ ਬਾਅਦ ਬਿਲਕੁਲ ਵੇਖ ਭਰਾਵਾਂ ਨੂੰ ਮੈਂ ਕਹਿਣ ਦਾ ਮੌਕਾ ਨਹੀਂ ਦੇਣਾ ਕਿ ਰੇੜ ਜ਼ਿਆਦਾ ਹਾਂਜੀ 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 ਜੱਗੀ ਜੀ ਬਿਲਕੁਲ ਹੀ ਜਾਇਜ਼ ਭਾਜੀ 70,000 ਦੀ ਚੱਲਣ ਦੋ 1,000 ਛੋੜ ਨਾ ਕਰ ਦੇ ਬਾ ਠੀਕ ਹੈ ਜਾ ਕੇ ਦੁੱਧ ਪੀਵੇ ਕੋਈ ਮਿਸਾਲ ਤੇ ਮੁੜ ਕੇ ਫੇਰ 40-45 ਦੀ ਜਿੰਨੂੰ ਮਰਜ਼ੀ ਦੇ ਦੇ ਬਾ ਠੀਕ ਹੈ ਇੱਧਰ ਦੇਖੋ ਭਾਜੀ ਬਿੰਦਗਾਲਾ ਚੱਡਾ ਜੇ ਲੋ ਤੂੰ ਗੁਰੂ ਲਾਈ ਬੈਠੀ ਨਹੀਂ ਗੱਪਣ ਗੱਪਣ ਬਸ ਤਿਆਰ ਹੀ ਆ ਦੇਖੋ ਮੈਂ ਬਿੰਦਗਾ ਲੱਗੀਆਂ ਤੇ ਵੇਖੋ ਖਾਣ ਚੱਡਾ ਵੇਖੋ ਕੱਲਾ ਕੱਲਾ ਉਹਨਾਂ ਹੀ ਜੱਡਾ ਗਾੜੀ ਤੋਂ ਉਹਨਾਂ ਪਿੱਛੇ ਇਹ ਵੀ ਖੋਲੋ ਬਸ ਵੇਖੋ ਭਰਾ ਦੀ ਇਹ ਵੀ ਲੜੇ ਇੱਥੋਂ ਦੀ ਆ ਲੋਕਲ ਲੋਕਲ ਨਹੀਂ ਆ ਭਾਜੀ ਆਪਾਂ ਦੇ ਮਾਰ ਮਾਰਾ ਦੀ ਕਿਰਪਾ ਨਾਲ ਹੀ ਨਹੀਂ ਅਸੀਂ ਆਦੇ ਕਈ ਜਿੱਥੋਂ ਮਰਜ਼ੀ ਤੋਂ ਮਿਲਦੀ ਆਪਾਂ ਨੇ ਚੁੱਕ ਲਿਆਈਦਾ ਬਸ ਬਸ ਬਸ
इधर दया माड़िया चंगी सारा सोना ही है भारत चंगी कोई नी अज तुम दस मुल आप बेचना ही करने ਚਾਰ ਦਿਨਾਂ ਚਾਰ ਸੂਈਆਂ ਆ ਗਈਆਂ ਬਾਰਾਂ ਕਿਲੋ ਕੰਡੇ ਵਾਲਾ ਦੁੱਧ ਜੇ ਉਹ ਕੱਟਾ ਜੇ ਇੱਕ ਹਫ਼ਤੇ ਦੀ ਸੂਈ ਜੇ ਬਿਲਕੁਲ ਤਾਜ਼ੀ ਸੂਈ ਜੇ ਪਤਲੀ ਬਰੀਕ ਚਮੜੀ ਦੀ ਆ ਕੱਟੀ ਬਹੁਤ ਚੰਗੀ ਦੁੱਧ ਵਾਲੀ 14 ਕਿਲੋ ਦੁੱਧ ਕੱਟੀ ਕਰੂਗੀ ਹੁਣ 12 ਕਿਲੋ ਅਜੇ ਮੈਲਾ ਨਹੀਂ ਜੇ ਮਾਰਿਆ ਚੰਗੀਆਂ ਚਾਰ ਦੰਦ ਜੇ ਕੱਟੀ ਬੁਖਾਰਾ ਥੋੜਾ ਜਿਹਾ ਨਿਕਲ ਰਿਹਾ ਪਰ 12 ਕਿਲੋ ਕੰਡੇ ਵਾਲਾ ਦੁੱਧ ਹੋਊਗਾ ਤੇ ਪਰ ਕੱਟੀ ਨਾ ਕਿਹਨੇ ਖਸਮੀ ਕੀਤੀ ਆ ਮੱਛਰ ਮੁੱਛਰ ਬੜਾ ਲੜਿਆ ਹੈ ਜਾਂ ਕੱਟੀ ਆਣ ਕੇ ਸਾਂਭੀ ਆ ਤੇ ਉਹ ਚਾਰ ਦਾ ਤੇ ਤਾਜ਼ੀ ਸੂਈ ਦੇ ਪਰ ਮੈਂ ਬੱਚਾ ਜਾ ਬੈਠਾ ਜਿਹੜਾ ਲੋ ਕਾਦਾ ਵੇਖੋ ਝੋਟੀਆਂ ਦੇ ਉਹ ਵੱਡੀ ਝੋਟੀ ਹੈ ਤੇ ਉਹ ਚਾਰ ਦੰਦ ਵਿਖਾਉਣੇ ਆਪਾਂ ਮੂੰਹ ਪੁੱਟ ਕੇ ਵੇ ਲੋ ਪਹਿਲਾਂ ਕੱਟੀ ਏਡੀ ਨਹੀਂ ਜਾਂਦੀ ਭਾਜੀ ਕਾਦਾ ਵੇਖੋ ਝੋਟੀਆਂ ਵੱਡੀਆਂ ਝੋਟੀਆਂ ਪੂਰੀਆਂ ਸਿਰਾਂ ਵੀ 12 ਕਿਲੋ ਐ ਕੰਡੇ ਵਾਲਾ ਦੁੱਧ ਹੋਊਗਾ ਕੋਈ ਆਪਣੇ ਘਰ ਤਸੱਲੀ ਕਰੇ ਆਣ ਕੇ ਜਿੱਦਾਂ ਮਰਜੀ ਥੋੜਾ ਮੂੰਹ ਭਾਵੇਂ ਔਖਾ ਫਰਾਵੇ ਪਿਓ ਚੌਗੀ ਆਏ ਨਹੀਂ ਕਿ ਇਧਰ ਚਾਰ ਹੀ ਆ ਚੌਗੀ ਇਹ ਲੋ ਪਿਓ ਹਾਂਜੀ ਹਾਂ ਦੋ ਚਾਰ ਹੀ ਆ ਵੇ ਲੋ ਕੱਟੀ ਦਾ ਕੱਟ ਦਿੰਦਾ ਜੀ ਹੁਣ ਦੂਜਾ ਲੱਗਦੀ ਜੀ ਜੱਗ ਭਾਈ ਬਣ ਗਈ ਕੀਮਤ ਇਹ ਨਹੀਂ ਪਾਣੀ ਕੋਈ ਸਵਾ ਨਹੀਂ ਹਾਂਜੀ ਕੋਈ 1-15 ਨਹੀਂ ਇਹ ਵੀ 1 10 ਦੀ ਹਾਂ ਨਹੀਂ 1000 ਥੋੜੇ 1-9 ਦੀ ਵੀ ਅੱਜ ਮਾਲ ਜਿਹੜਾ ਉੱਡਦਾ ਹੀ ਜਾਵੇ ਪਈ ਜੀ ਵੇਲੋ ਕਟੀ ਮੇਰੇ ਦੀ ਹੈ ਕਿ ਨਹੀਂ ਵੱਡੀ 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 ਝੋਟੀ ਆ 12 ਕਿਲੋ ਕੋਈ ਵੀ ਲਾਂ ਕੇ ਚੋਗ ਤੇ ਸਦੀਆਂ ਕਰੇ ਇੱਥੇ ਚਲੋ ਆਹ ਜੀ ਇਹ ਭਾਜੀ ਉਧਰ ਰਹਿ ਗਈ ਇਕੱਲੀ ਮੈਂ ਅੱਛਾ ਆਪਾਂ ਬੋਲਦੇ ਆ ਸਚਾਈ ਤੇ ਲੋਕ ਆ ਦਿੰਦੇ ਆ ਕਿ ਖਰੇ ਆਪਾਂ ਉਧਰ ਕਹਿ ਕੇ ਥਾਣੀ ਵਗਦੇ ਜੀ ਹਾਂ ਉਹ ਵੇਖਣ ਵਾਲੇ ਆਂਦੇ ਨੇ ਕਿਤੇ ਥਾਣੀ ਨਾ ਵਗਦੇ ਰਹਿਣ ਕਿਤੇ ਇਹ ਨਾ ਹੋਵੇ ਕਦੇ ਇਹਦੀ ਲਾਸ਼ ਆ ਹੁਣ ਤੋਂ ਤੇ 12 ਕਿਲੋ ਭਾਜੀ ਕੰਡੇ ਵਾਲਾ ਕਰ ਗਈ ਜੀ ਅੱਛਾ ਹਾਂਜੀ ਅੱਜ ਦੇਖੋ ਝੋਟੀ ਲੋ ਵਾਜੂ ਆਈ ਦੇਖੋ ਕਿਉਂਕਿ ਸੇਵਾ ਡੰਗਰ ਦੁੱਧ ਦੇਣਾ ਸੇਵਾ ਨਾਲ ਹੀ ਦੇਖੋ ਆ ਜੇ ਕੱਟੀਏ ਜੇ ਵੇਲੋ ਨਾੜੂ ਲਾ ਜੇ ਸਿਰਫ 5-6 ਦਿਨ ਹੋਏ ਜੇ ਇਸ 30 ਤਰੀਕ ਨੂੰ ਆਪਾਂ ਵੀਡੀਓ ਪਾਈ ਤੇ 29 ਦੀ ਸੂਈ ਦੇ ਤੇ ਅੱਜ ਹੋ ਗਈ ਜੇ ਅੱਛਾ 5-6 ਦਿਨ ਹੋ ਗਏ ਜੇ ਸੂਈ ਨੂੰ ਚਲੋ ਲੋ ਜੀ ਵੇਖੋ ਕਰਾਂ ਜੀ ਇਹ ਵੀ ਚੌਗੀ ਹੈ ਸ਼ਗੀ ਨਹੀਂ ਹੋਈ ਦੂਜਾ ਸੂਆ ਜੇ ਸ਼ਗੀ ਦੇ ਬਰਾਬਰ ਨਹੀਂ ਕੀਤੇ ਬਸ ਠੀਕ ਆ ਦੇਖੋ ਠੀਕ ਨਹੀਂ ਲੇਗਰ ਤਪਲੇ ਜੀ ਕਿੰਨੇ ਜੋ ਦੁੱਧ ਭਾਜੀ ਮੈਲਾ ਮੂਲਾ ਮਾਰ ਕੇ ਆਸ ਹੈ ਕਿ ਕੱਟੀ 14 ਤੋਂ 15 ਕਿਲੋ ਕਰੂੰ ਜਿੱਦਾਂ ਹੁਣ 12 ਕਿਲੋ ਹੈ ਕੰਡੇ ਵਾਲਾ ਦੁੱਧ ਵੇਖ ਲਓ ਹੁਣ ਕਿੱਦਾਂ ਲਾਈ ਫਿਰਦੀ ਨਹੀਂ ਚੱਡਾ ਉਹਦਾ ਨਿਕਲੀ ਕੋ ਟੰਗਾ ਜਦੋਂ ਸੁਣਦਾ ਹਾਂਜੀ ਵਾਹ ਇੱਕ ਰੀ ਦਿਹਾੜੀ ਕੇ ਛੱਪਿਆ ਜਾਂਦਾ ਤੇ ਆਕਾਲ ਬੋਲਦੇ ਸਚਾਈ ਤੇ ਕਈ ਯਾਰ ਵੇਖਣ ਵਾਲੇ ਕਹਿ ਦਿੰਦੇ ਮੁੜ ਕੇ ਦੁੱਧ ਨਹੀਂ ਬਣਾ ਦੇਣਾ ਕਿੱਦਾਂ ਕਿੱਦਾਂ ਨਹੀਂ ਵੇਖ ਲਓ ਕੱਟੀ ਦੀ ਲਾਸ਼ ਕਿੱਦੀ ਪੇਟਿਆ ਤੇ ਜੇ ਕਿ ਭਾਈ ਮੈਨੂੰ ਦੀ ਕੀਮਤ ਉਹ ਤਾਂ ਕੱਟੀ ਭਾਜੀ ਹੁਣ 1.25 ਲੱਖ ਦੀ ਹੈ ਦੁੱਧ ਦੱਧ ਤੇ ਆਈ ਆ ਉਦਣਾ ਪਾ ਇੱਕ ਬਦਲਾ ਪਾਇਆ ਅੱਜ 1-10 ਦੀ 1-10 ਯਾਰ ਛੋੜੇ ਵੀ 1-9 ਦੀ ਤਿੰਨੇ 1-9 ਦੇ ਜਿਹੜੀ ਕਿਨ ਚੰਗੀ ਆ ਇਧਰ ਖਾ ਲੋ ਭਾਜੀ ਚੱਡਾ ਲੋ ਫੇਰ ਐ ਦੁੱਧ ਵਾਲੀ ਚੱਡਾ ਦੇ ਖਾਣ ਕੱਢਦੀ ਕਿਤੇ ਐ ਪਸਮਾ ਗਿਆ ਕੱਲਾ ਕੱਲਾ ਖਾਣ ਦੇ ਵੇਖ ਲੋ ਨਿਗਰ ਐ ਲੇਵਾ ਲਾਈ ਫਿਰਦੀ ਨਹੀਂ ਆ ਇਧਰ ਦੇਖੋ ਭਾਜੀ ਪੂਰਾ ਵੀ ਡਾਇਮੰਡ ਪੀਸ ਦੇ ਤੇ ਉਹ ਦੋ ਦੰਦ ਕੱਟੀ ਅੱਛਾ ਵੇਖੋ ਲੋਕ ਵਾਲਾ ਅਸਲ ਲੋਕ ਵਾਲਾ ਥਾਣਕ ਨਹੀਂ ਬਿਲਕੁਲ ਭਾਜੀ ਬਿਲਕੁਲ ਇਹ ਵੀ ਦੋ ਪਿਓਰ ਦੋਂਦੀ ਆ ਭਾਜੀ ਦੋ ਦਾਂ ਛੋਟੀ ਵੀ ਦੋ ਵੇਲੋ ਐਡੀ ਲਾਸ਼ ਪਹਿਲਾਂ ਦੋਦੀ ਕੋ ਮੰਨ ਨਹੀਂ ਸਕਦਾ ਮੂਰਤ ਆ ਮੂਰਤ ਬਾਕੀ ਮੂਰਤੀ ਆ ਕੱਟੀ ਮੰਗ ਲੈ ਜੀ ਕੱਟਾ ਜੀ ਕੱਟਾ ਕੱਟਾ ਮੰਗ ਲੈ ਆ ਜਾ ਪੁੱਤ ਆ ਜਾ ਜਿਹੜਾ ਕੱਪ ਕਿਹਦਾ ਛੋਟੀ ਜਾਣਾ ਬਾ ਪੂਰੀ ਆ
ਪੇਟ ਵਿੱਚ ਥਣ ਥੁਣ ਵੇ ਲੋ ਕਿਦਾਂ ਗਿਰ ਗਿਰਦੇ ਲੱਗਾ ਪਿਓਰ ਦੋਂਦੀ ਆ ਪੜ ਤੇ ਲੈਣਾ ਹੀ ਆ ਬਾਕੀ ਆਉਂ ਮੇਰੇ ਨਾਲ ਕੱਟੀਆਂ ਕਿਦਾਂ ਦੀਆਂ ਸੀਆਂ ਸੋਹਣੀਆਂ ਗੱਭੜਾਂ ਦੀਆਂ ਹਾਂਜੀ ਤਸੱਲੀ ਵਾਲੀਆਂ ਵੇਖੋ ਪੂਰੀ ਕੀ ਪੀਸ ਵੇਲੋ ਕਿਦਾਂ ਲਗੀਨਾ ਐ ਬਹੁਤ ਚੰਗੀ ਕੱਟੀ ਆ ਸੁਪਰ ਕੁਆਲਿਟੀ ਸਾਰੀਆਂ ਮਈਆਂ ਚੰਗੀਆਂ ਤੇ ਬਾਕੀ ਆਪਣਾ ਵੀਰਾਂ ਨੂੰ ਇਹੋ ਬੇਨਤੀ ਆ ਕਿ ਆ ਕੇ ਚੋ ਕੇ ਤਸੱਲੀ ਕਰੋ ਕਿਉਂਕਿ ਬਾਹਰ ਕੋਈ ਗਾਲ ਲਾਮਾ ਨਾ ਦੇਵੇ ਮਾਲ ਵਿਕਦਾ ਵਾ ਤੇ ਲਿਆਈਦਾ ਵਾ ਤੁਹਾਡਾ ਕਰਕੇ ਲਿਆਈਦਾ ਵਾ ਬਿਲਕੁਲ ਜੀ ਤੇ ਨਾਮ ਆਪਣਾ ਜਗਜੀਤ ਸਿੰਘ ਜੀ ਪਿੰਡ ਤੰਗ ਜ਼ਿਲ੍ਹਾ ਤਰਨ ਤਾਰਨ ਤਹਿਸੀਲ ਖਡੂਰ ਸਾਹਿਬ ਤੇ ਮੋਬਾਈਲ ਨੰਬਰ 84278789 ਸਤਿ ਸ਼੍ਰੀ ਅਕਾਲ।